ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਨਮਸਕਾਰ ਦੋਸਤੋ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ ਸੇ ਲਗਾਤਾਰ ਕੋਸ਼ਿਸ਼ ਇਸ ਚੈਨਲ ਕੇ ਜ਼ਰੀਏ ਯੂਕੇ ਸਟੱਡੀ ਵੀਜ਼ਾ ਕੋ ਲੈ ਕੇ ਹਰ ਲੇਟੈਸਟ ਇੰਪੋਰਟੈਂਟ ਅਪਡੇਟ ਆਪਸੇ ਸ਼ੇਅਰ ਕਰਤੇ ਹੈ। ਸੋ ਯੂਕੇ ਕੇ ਅੰਦਰ ਬੜਾ ਚੇਂਜ, ਜੋ ਪਹਿਲੇ 16 ਜਨਵਰੀ ਕੋ ਆਨਾ ਥਾ, ਫਿਰ ਉਸੇ ਬੜਾ ਕਰ 31 ਜਨਵਰੀ ਕਰ ਦਿਆ ਗਿਆ। ਅਬ ਉਸਕੀ ਫਾਈਨਲ ਡੇਟ ਅਨਾਊਂਸਮੈਂਟ ਹੋਈ ਹੈ 6th of February। ਜੀ ਹਾਂ, 6 February ਕੇ ਬਾਅਦ ਜਿਤਨੀ ਵੀ ਫਾਈਲਸ ਐਮਬੈਸੀ ਮੇਂ ਜਾਏਂਗੀ, ਉਨ ਸਭ ਕਾ ਇੰਸ਼ੋਰੈਂਸ ਬੜ ਗਿਆ ਹੈ। ਜੀ ਹਾਂ, ਪਹਿਲੇ ਜੋ ਆਪ IHS ਦੇਤੇ ਥੇ, ਇੰਸ਼ੋਰੈਂਸ ਦੇਤੇ ਥੇ, ਵੋ ਜਾਤਾ ਥਾ 675 ਪਾਊਂਡ ਪਰ ਈਅਰ। ਅਬ ਯੇ ਬੜਕਰ ਹੋ ਚੁਕਾ ਹੈ 1035 ਪਾਊਂਡ। ਪਹਿਲੇ ਜੋ ਬੱਚਾ ਜਾਤਾ ਥਾ ਮਾਸਟਰਸ ਕੇ ਲੀਏ, ਉਸਕਾ ਇੰਸ਼ੋਰੈਂਸ ਵੈਲਿਊ ਬਨਤੀ ਥੀ ਤਕਰੀਬਨ 75,000 ਸੇ 80,000, ਇੰਡੀਅਨ ਵੈਲਿਊ ਕੀ ਅਗਰ ਬਾਤ ਕਰੇਂ। ਪਲੱਸ ਟੂ ਸਟੂਡੈਂਟ ਜੋ ਜਾਤਾ ਥਾ, ਉਸਕੀ ਜੋ ਵੈਲਿਊ ਬਨਤੀ ਥੀ ਵੋ ਬਨਤੀ ਤਕਰੀਬਨ 2.25 ਲੱਖ। ਲੇਕਿਨ ਅਬ ਯੇ IHS ਬੜ ਚੁਕਾ ਹੈ, ਤੋ ਆਪਣੇ ਏਜੰਟ ਸੇ ਦੁਬਾਰਾ ਕਨਫਰਮ ਕਰ ਲੈਣਾ, ਜਿਨ੍ਹੋਂਨੇ ਪੈਕੇਜ ਵਗੈਰਾ ਡੀਲਸ ਵਗੈਰਾ ਕੀ ਹੋਊਂਗੀ, ਅਬ ਵੋ ਚੇਂਜ ਹੋ ਜਾਏਗੀ, ਕਿਉਂਕਿ ਯੇ ਜੋ ਵੈਲਿਊ ਹੈ ਯੇ ਕਾਫੀ ਜ਼ਿਆਦਾ ਬੜ ਚੁੱਕੀ ਹੈ। ਤੋ ਅਬ ਜੋ ਨਿਆ ਇੰਸ਼ੋਰੈਂਸ ਬਨੇਗਾ, ਜੋ ਬੱਚਾ ਮਾਸਟਰਸ ਕੇ ਲੀਏ ਜਾਏਗਾ, ਉਸਕੀ ਇੰਸ਼ੋਰੈਂਸ ਵੈਲਿਊ ਤਕਰੀਬਨ 1,10,000 ਸੇ ਲੈ ਕੇ 1,20,000 ਕੇ ਬੀਚ ਮੇਂ ਰਹੇਗੀ, ਏਕ ਸਾਲ ਕੇ ਕੋਰਸ ਕੇ ਲੀਏ। ਔਰ ਜੋ ਬੱਚਾ 3 ਸਾਲ ਕੇ ਡਿਗਰੀ ਪ੍ਰੋਗਰਾਮ ਕੇ ਲੀਏ ਜਾਏਗਾ, ਉਸਕੀ ਇੰਸ਼ੋਰੈਂਸ ਵੈਲਿਊ ਤਕਰੀਬਨ 4 ਸੇ 5 ਲੱਖ ਕੇ ਬੀਚ ਮੇਂ ਆਏਗੀ। ਐਗਜੈਕਟ ਫਿਗਰ ਜਬ ਟ੍ਰਾਂਜੈਕਸ਼ਨ ਹੋਗੀ ਤਬ ਪਤਾ ਲੱਗੇਗਾ। 1035 ਕੇ ਹਿਸਾਬ ਸੇ 3 ਸਾਲ ਕਾ ਬਨਤਾ ਹੈ 3,000 ਪਾਊਂਡ, ਉਸਕੇ ਇਲਾਵਾ 4 ਮਹੀਨੇ ਕਾ ਐਕਸਟਰਾ ਵੀਜ਼ਾ ਆਤਾ ਹੈ, ਤੋ 400 ਪਾਊਂਡ ਉਸਕਾ ਜੋੜ ਲਓ, 3,500 ਪਾਊਂਡ ਬਨਤਾ ਹੈ। ਇਸਕਾ ਕਨਵਰਜ਼ਨ ਆਜ ਕੀ ਡੇਟ ਮੇਂ 105 ਪਾਊਂਡ ਸੇ ਵੀ ਉੱਪਰ ਕਾ ਹੈ, ਤੋ ਅਪਰੋਕਸੀਮੇਟਲੀ 4 ਲੱਖ ਪਲੱਸ ਕਾ ਆਪਕਾ ਇੰਸ਼ੋਰੈਂਸ ਬਨੇਗਾ। ਸੋ ਆਪਣੀ ਵੈਲਿਊਜ਼ ਕੋ ਰੀਕਨਸਿਡਰ ਕਰ ਲੇ, ਬਜਟ ਕੋ ਰੀਕਨਸਿਡਰ ਕਰ ਲੇ। ਯੇ ਜੋ ਕੋਸਟ ਹੈ ਅਬ ਸਭ ਯੂਕੇ ਜਾਣੇ ਵਾਲੇ ਅਲੱਗ ਅਲੱਗ ਵੀਜ਼ਾ ਕੈਟਾਗਰੀ ਕੇ ਲੋਕੋ ਕੇ ਉੱਪਰ ਅਫੈਕਟ ਕਰੇਗੀ। ਸਟੱਡੀ ਵੀਜ਼ਾ ਪਰ ਵੀ, ਸਪਾਊਸ ਵੀਜ਼ਾ ਪਰ ਵੀ, ਟਾਇਰ 2 ਵੀਜ਼ਾ ਵਾਲੋਂ ਪਰ ਵੀ। ਤੋ ਇਸ ਤਰ੍ਹਾਂ ਸੇ ਆਪਣਾ ਆਗੇ ਕਾ ਬਜਟ ਪਲੈਨ ਕਰ ਲੇ, ਆਪਣੇ ਏਜੰਟ ਕੰਸਲਟੈਂਟ ਸੇ ਆਪਣੇ ਜੋ ਪੈਕੇਜਿਸ ਕੀਏ ਹੈ ਉਸਕੀ ਰੀਵੈਲਿਊਏਸ਼ਨ ਕਨਫਰਮ ਕਰ ਲੇ। ਇਸ ਚੈਨਲ ਕੇ ਸਾਥ ਆਗੇ ਵੀ ਲੇਟੈਸਟ ਇੰਪੋਰਟੈਂਟ ਅਪਡੇਟ ਆਪਸੇ ਸ਼ੇਅਰ ਹੋਤੇ ਰਹੇਂਗੇ। ਸਬਸਕ੍ਰਾਈਬ ਕਰਨਾ ਨਾ ਬੋਲੇ, ਔਰ ਇਸ ਸ਼ੋਅ ਕੋ ਸ਼ੇਅਰ ਕਰ ਦੇ, ਤਾਂ ਕਿ ਜ਼ਿਆਦਾ ਸੇ ਜ਼ਿਆਦਾ ਲੋਕੋ ਤੱਕ ਇਹ ਚੇਂਜਿਸ ਜਾ ਚੁੱਕੇ। ਸਤਿ ਸ਼੍ਰੀ ਅਕਾਲ ਦੋਸਤੋ, 2024 ਵੀਜ਼ਾ ਸੈਸ਼ਨ ਸਾਲ ਚੜ੍ਹਦੇ ਹੀ ਤਿੰਨੋਂ ਵੱਡੀਆਂ ਕੰਟਰੀਜ਼ ਆਪਣੇ ਕਾਨੂੰਨ ਬਦਲ ਚੁੱਕੀਆਂ ਨੇ, ਕੈਨੇਡਾ, UK, ਆਸਟ੍ਰੇਲੀਆ। ਸੋ ਕਿੱਦਾਂ ਹੁਣ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ 2024 ਦੇ ਵਿੱਚ, ਇਸ ਸੈਸ਼ਨ ਦੇ ਵਿੱਚ ਇਹੀ ਡਿਸਕਸ ਹੋਏਗਾ। ਇਸ ਸੈਸ਼ਨ 'ਚ ਜ਼ਰੂਰੀ ਨਹੀਂ ਹੈ ਤੁਸੀਂ ਸਾਡੇ ਕੋਲੋਂ ਅਪਲਾਈ ਕਰੋ, ਅਪਲਾਈ ਉੱਥੇ ਕਰੋ ਜਿੱਥੇ ਤੁਹਾਡਾ ਵਿਸ਼ਵਾਸ ਹੈ, ਪਰ ਇਹ ਸੈਸ਼ਨ ਅਟੈਂਡ ਕਰੋ ਤਾਂ ਕਿ ਤੁਸੀਂ ਸਹੀ ਕਾਨੂੰਨ ਨੂੰ ਸਮਝ ਸਕੋ ਅਤੇ ਉਹਦੇ ਅਕੋਰਡਿੰਗ ਆਪਣੇ ਡਿਸੀਜਨਸ ਲੈ ਸਕੋ। ਟੀਮ ਨੂੰ ਕਾਲ ਕਰਕੇ ਆਪਣੀਆਂ ਅਪਾਇੰਟਮੈਂਟਸ ਤੁਸੀਂ ਦਿੱਤੀ ਗਈ ਡੇਟਸ ਦੇ ਅਨੁਸਾਰ ਬਣਾ ਸਕਦੇ। ਸੋ 8 January ਨੂੰ ਅੰਮ੍ਰਿਤਸਰ, 9 ਨੂੰ ਮਿਲਾਂਗੇ ਜਲੰਧਰ, 10 ਤਰੀਕ ਨੂੰ ਗੁਰਦਾਸਪੁਰ ਅਤੇ 11 ਨੂੰ ਜੰਮੂ ਆਫਿਸ, 12 ਤਰੀਕ ਨੂੰ ਹੁਸ਼ਿਆਰਪੁਰ ਅਤੇ 13 ਨੂੰ ਮੋਗਾ ਆਫਿਸ ਮਿਲਾਂਗੇ। ਸੋ 15 ਨੂੰ ਮਿਲਾਂਗੇ ਲੁਧਿਆਣੇ, 16 ਨੂੰ ਮਿਲਾਂਗੇ ਬਠਿੰਡੇ, 17 ਨੂੰ ਮਿਲਾਂਗੇ ਪਟਿਆਲੇ ਸ਼ਹਿਰ ਅਤੇ 18 ਤਰੀਕ ਨੂੰ ਮੋਹਾਲੀ ਆਫਿਸ। ਇਸ ਤੋਂ ਬਾਅਦ ਸੈਮੀਨਾਰ ਐਂਟਰ ਹੋਊਗਾ ਸਾਡੇ ਹਰਿਆਣੇ ਦੇ ਵਿੱਚ। ਸੋ 19 ਤਰੀਕ ਨੂੰ ਅੰਬਾਲੇ, 20 ਨੂੰ ਮਿਲਾਂਗੇ ਕਰਨਾਲ, 21 ਨੂੰ ਕੁਰੂਕਸ਼ੇਤਰ ਅਤੇ 22 ਨੂੰ ਕੈਥਲ, 23 ਨੂੰ ਦਿੱਲੀ ਹੋ ਕੇ ਫਿਰ ਮਿਲਾਂਗੇ ਗੁਜਰਾਤ 24 ਤਰੀਕ ਨੂੰ। ਸੋ ਟੀਮ ਨਾਲ ਆਪਣੀ ਅਪਾਇੰਟਮੈਂਟ ਅੱਜ ਹੀ ਫਿਕਸ ਕਰੋ, ਕਾਲ ਕਰੋ 90238 90238।